ਜਲੰਧਰ ਪਟਿਆਲਾ ਅਤੇ ਅੰਮ੍ਰਿਤਸਰ ਦੇ ਨਗਰ ਨਿਗਮ ਚੋਣਾਂ ਤੋਂ ਬਾਅਦ ਜਿਸ ਤਰ੍ਹਾਂ ਦੇ ਨਤੀਜੇ ਲੁਧਿਆਣਾ ਨਗਰ ਨਿਗਮ ਚੋਣਾਂ ਦੇ ਆਏ ਨੇ ਉਸ ਤੋਂ ਬਾਅਦ ਪੰਜਾਬ ਵਿੱਚ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਹੋਂਦ ਖਤਮ ਹੋ ਚੁੱਕੀ ਹੈ। ਵੱਡੇ ਸਵਾਲ ਆਮ ਆਦਮੀ ਪਾਰਟੀ ਦੀ ਹੋਂਦ ਤੇ ਖੜੇ ਹੋ ਗਏ ਨੇ, ਪਰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦਾ ਇਸ ਪਿੱਛੇ ਕੁਝ ਹੋਰ ਹੀ ਕਹਿਣਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੀਆਂ ਚੋਣਾਂ ਹੋਈਆਂ ਨੇ, ਅਜਿਹੀਆਂ ਚੋਣਾਂ ਦੇ ਵਿੱਚ ਸਾਡੀ ਇੱਕ ਵੀ ਸੀਟ ਨਹੀਂ ਬਣਦੀ ਸੀ। ਜਿਸ ਤਰੀਕੇ ਦੀਆਂ ਵੀਡੀਓ ਆਈਆਂ ਨੇ ਵੋਟਾਂ ਪਾਉਂਦਿਆਂ ਦੀਆਂ, ਉਹਦੇ 'ਚ ਤਾਂ ਫਿਰ ਮੇਰੇ ਖਿਆਲ 'ਚ ਕਿਸੇ ਹੋਰ ਪਾਰਟੀ ਦੀ ਸੀਟ ਬਣਦੀ ਨਹੀਂ। ਜਦੋਂ ਇੱਕੋ ਹੀ ਬੰਦਾ 20-20 ਮਿੰਟ ਵੋਟਾਂ ਪਾਈ ਜਾਊਗਾ ਅਤੇ ਉੱਥੇ ਜਿਹੜੇ ਨਾਲ ਖੜ੍ਹੇ ਅਫਸਰ ਨੇ ਉਹ ਵਾਰ ਵਾਰ ਇੱਕ ਪਰਚੀਆਂ ਦੇ ਜਾਂਦੇ ਨੇ ਅਤੇ ਨਾਲ ਇਹ ਵੀ ਕਹਿ ਰਹੇ ਨੇ ਕਿ ਜਿੰਨੀ ਲਿਸਟ ਹੈ ਯਾਰ ਇਹ ਤੋਂ ਵੱਧ ਨਾ ਪਾ ਦਿਓ ਕਿਤੇ। ਸੋ ਇਹ ਵੋਟਾਂ ਪੈਣ ਦਾ ਤਰੀਕਾ ਨਹੀਂ, ਇਹ ਜੋਗ ਤੰਤਰ ਬਣਾ ਲਿਆ ਉਹਨਾਂ ਨੇ। ਅਸੀਂ ਇਸ ਗੱਲ ਦੀ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਹੈ ਕਿ ਘੱਟੋ ਘੱਟ ਆਹ ਚੀਜ਼ਾਂ ਤੋਂ ਬਾਅਦ ਤਾਂ ਸ਼ਰਮਸਾਰ ਹੋਣਾ ਚਾਹੀਦਾ ਕਿ ਇਸ ਤਰ੍ਹਾਂ ਵੋਟਾਂ ਪੈਂਦੀਆਂ ਨੇ। ਜੇ ਤੁਸੀਂ ਕਿਸੇ ਨੂੰ ਵਿਰੋਧੀ ਪਾਰਟੀ ਨੂੰ ਖੜ੍ਹੇ ਨਹੀਂ ਹੋਣ ਦੇਣਾ, ਕਾਗਜ਼ ਨਹੀਂ ਭਰਨ ਦੇਣਾ, ਜੇ ਉਹ ਕਾਗਜ਼ ਭਰਤੇ ਤੁਹਾਨੂੰ ਡਰਾਉਣਾ ਹੈ, ਉਹਨੂੰ ਬਾਹਰ ਨਹੀਂ ਨਿਕਲਣ ਦੇਣਾ, ਤਾਂ ਫਿਰ ਤੁਸੀਂ ਇੰਨਾ ਪੈਸਾ ਅਤੇ ਸਮਾਂ ਕਿਉਂ ਬਰਬਾਦ ਕਰਦੇ ਹੋ? ਜਿਹਦੀ ਸਰਕਾਰ ਬਣ ਜੇ ਨੋਮੀਨੇਸ਼ਨ ਹੀ ਕਰ ਲਿਆ ਕਰੋ ਆਪੇ ਕਿ ਸਰਕਾਰ ਬਣ ਗਈ, ਹੁਣ ਸਾਡੀਆਂ ਨੇ ਸਾਰੀਆਂ ਨਿਗਮਾਂ। ਇਹਨਾਂ ਚੋਣਾਂ ਵਿੱਚ ਬੁਰਾ ਹਾਲ ਸਿਰਫ ਆਮ ਆਦਮੀ ਪਾਰਟੀ ਦਾ ਹੀ ਨਹੀਂ ਹੋਇਆ, ਆਪਣੇ ਆਪ ਨੂੰ ਲੁਧਿਆਣੇ ਦੇ ਬੌਸ ਦੱਸਣ ਵਾਲੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦਾ ਵੀ ਕਾਫੀ ਬੁਰਾ ਹਾਲ ਇਹਨਾਂ ਚੋਣਾਂ ਦੇ ਵਿੱਚ ਹੋਇਆ। ਪਰ ਉਹਨਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਲੋਕਤੰਤਰ ਦਾ ਫੈਸਲਾ ਨਹੀਂ, ਵੋਟਰਾਂ ਦਾ ਫੈਸਲਾ ਨਹੀਂ, ਸਗੋਂ ਗੁੰਡਾਗਰਦੀ ਦਾ ਫੈਸਲਾ ਹੈ। ਜੋ ਆਪਾਂ ਗੱਲਾਂ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਕਹਿੰਦੇ ਸੀ ਇਲੈਕਸ਼ਨ ਕਮਿਸ਼ਨ ਨੂੰ, ਮੀਡੀਏ ਨੂੰ, ਅਫਸਰਾਂ ਨੂੰ, ਬਿਲਕੁਲ ਉਹੀ ਕੁਛ ਹੋਇਆ। ਸੋ ਦੋਸਤੋ, ਇਹ ਇੱਕ ਪਾਸੇ ਆਪਾਂ ਕਹਿ ਦਿੰਦੇ ਹਾਂ ਵੀ ਸੰਗਤ ਦਾ ਫੈਸਲਾ, ਗੁਰੂ ਦਾ ਫੈਸਲਾ, ਵੋਟਰ ਦਾ ਫੈਸਲਾ, ਰੱਬ ਦਾ ਫੈਸਲਾ, ਇਹ ਵੋਟਰ ਦਾ ਫੈਸਲਾ ਨਹੀਂ, ਇਹ ਗੁੰਡਾਗਰਦੀ ਦਾ ਫੈਸਲਾ। ਇਹਨਾਂ ਚੋਣਾਂ ਦੇ ਨਤੀਜੇ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਨੂੰ ਤਾਂ ਚੁਭਣੇ ਸੀ, ਪਰ ਔਖਾ ਅਕਾਲੀ ਦਲ ਵੀ ਹੈ। ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਅਜਿਹੀਆਂ ਚੋਣਾਂ ਕਰਵਾਉਣ ਨਾਲੋਂ ਚੰਗਾ ਹੈ ਕਿ ਪੰਜਾਬ ਦੇ ਖਜ਼ਾਨੇ ਦੇ ਪੈਸੇ ਬਚਾ ਲਏ ਜਾਣ, ਚੋਣਾਂ ਕਰਵਾਈਆਂ ਹੀ ਨਾ ਜਾਣ। ਇੱਕ ਪਾਸੇ ਤਾਂ ਕਾਂਗਰਸ ਪਾਰਟੀ ਕਹਿੰਦੀ ਹੈ ਕਿ ਖਜ਼ਾਨਾ ਖਾਲੀ ਹੈ, ਅਤੇ ਜੇ ਖਜ਼ਾਨਾ ਖਾਲੀ ਹੈ ਤਾਂ ਤੁਸੀਂ ਡੈਮੋਕਰੇਸੀ ਦਾ ਘਾਣ ਕਰਨਾ, ਮਰਡਰ ਡੈਮੋਕਰੇਸੀ ਦਾ ਮਰਡਰ ਕਰਨਾ ਹੈ, ਫਿਰ ਤੁਸੀਂ ਖਰਚਾ ਕਰਦੇ ਕਿਉਂ? ਤੁਸੀਂ ਕਾਂਗਰਸ ਭਵਨ ਤੋਂ ਟਿਕਟਾਂ ਲਾਨੋ, ਕੈਂਡੀਡੇਟ ਲਾਨੋ ਅਤੇ ਕਾਂਗਰਸ ਭਵਨ ਤੋਂ ਰਿਜ਼ਲਟ ਲਾਨੋ ਕਿ ਤੁਹਾਡਾ ਜਿਹੜਾ ਖਜ਼ਾਨੇ 'ਚ ਪੈਸੇ ਨਹੀਂ ਉਹਦੀ ਤਾਂ ਬੱਚਤ ਹੋ ਜਾਵੇ। ਕਿ ਇਹ ਜੀ ਖਜ਼ਾਨੇ 'ਚੋਂ ਪੈਸਾ ਖਰਚ ਕਰਕੇ ਜੇ ਡੈਮੋਕਰੇਸੀ ਦੀ ਧੱਜੀਆਂ ਉਡਾਉਣੀ ਉਹਦੀ ਲੋੜ ਕੋਈ ਨਹੀਂ। ਇਹਨਾਂ ਵਿਰੋਧੀਆਂ ਦੇ ਹਮਲਿਆਂ ਦੇ ਉਲਟ ਕਾਂਗਰਸ ਕਾਫੀ ਖੁਸ਼ ਦਿਖਾਈ ਦੇ ਰਹੀ ਹੈ। ਕਾਂਗਰਸ ਦੇ ਅੰਮ੍ਰਿਤਸਰ ਤੋਂ MP ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਨਿਰਪੱਖ ਚੋਣਾਂ ਤਾਂ ਇਦਾਂ ਹੀ ਹੁੰਦੀਆਂ ਨੇ। ਜਦੋਂ ਨਿਰਪੱਖ ਚੋਣਾਂ ਹੁੰਦੀਆਂ ਨੇ ਤਾਂ ਇਹੀ ਜਿਹੀਆਂ ਹੁੰਦੀਆਂ ਨੇ, ਔਰ ਉਹਦੇ ਵਿੱਚ ਲੋਕਾਂ ਨੇ ਆਪਣਾ ਫੈਸਲਾ ਦਿੱਤਾ ਹੈ। ਠੀਕ ਹੈ, ਲੋਕਾਂ ਦਾ ਫੈਸਲਾ ਸਿਰ ਮੱਥੇ ਹੈ ਔਰ ਕਾਂਗਰਸ ਸਰਕਾਰ ਦੇ ਹੱਕ 'ਚ ਦਿੱਤਾ ਹੈ, ਸਰਕਾਰ ਦਾ ਹੀ ਮੇਹਰ ਬਣਨਾ ਹੈ। ਹੁਣ ਇਹ ਜਿਹੜਾ ਲੋਕ ਪੱਖੀ ਰਾਜ ਹੁੰਦਾ, ਸੁਖਬੀਰ ਜੀ ਨੂੰ ਮੰਨਣਾ ਚਾਹੀਦਾ ਕਿ ਲੋਕ ਪੱਖੀ ਰਾਜ ਇੱਦਾਂ ਦਾ ਹੀ ਹੁੰਦਾ ਹੈ। ਨਿੱਕੀ ਨਿੱਕੀ ਗੱਲ 'ਤੇ ਕਾਂਗਰਸ ਪਾਰਟੀ ਨਾਲ ਨਾਰਾਜ਼ ਹੋ ਜਾਣ ਵਾਲੇ ਨਵਜੋਤ ਸਿੰਘ ਸਿੱਧੂ ਵੀ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਤੋਂ ਬਾਗੋ ਬਾਗ ਦਿਖਾਈ ਦੇ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵਿਰੋਧੀਆਂ ਦਾ ਸਮੂਲ ਨਾਸ਼ ਕਰ ਦਿੱਤਾ ਹੈ। ਵਿਰੋਧੀਆਂ ਦਾ ਸਮੂਲ ਨਾਸ਼ ਕਰੇ ਬਿਨਾਂ ਪ੍ਰਤਿਸ਼ਠਾ ਦੀ ਪ੍ਰਾਪਤੀ ਨਹੀਂ ਮਿਲਦੀ। ਜਿਸ ਤਰ੍ਹਾਂ ਜਲ ਮਿੱਟੀ ਨੂੰ ਕਿੱਚੜ ਬਣਾਏ ਬਿਨਾਂ ਨਹੀਂ ਮੰਨਦਾ। ਚੌਥੀ ਡਿਫੀਟ ਹੈ ਜੀ। ਲੋਕਤੰਤਰ ਦੇ ਵਿੱਚ ਕਦੇ ਕੋਈ ਪਾਰਟੀ ਜਵਾਬ ਨਹੀਂ ਦਿੰਦੀ, ਕਦੇ ਕੋਈ ਵੱਡੇ ਮੰਤਰੀ ਜਵਾਬ ਨਹੀਂ ਦਿੰਦੇ, ਲੋਕ ਜਵਾਬ ਦਿੰਦੇ। ਇਹ ਚੌਥੀ ਵਾਰ ਚਪੇੜ ਵੱਜੀ ਹੈ ਜਿਹੜਾ ਪੋਲ ਖੋਲ ਕਰ ਰਿਹਾ। ਪੰਜਾਬ ਦੇ ਵੱਡੇ 3 ਸ਼ਹਿਰਾਂ ਦੀਆਂ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਵੀ ਕੁਝ ਅਜਿਹੇ ਹੀ ਆਏ ਜਿਨ੍ਹਾਂ ਦੀ ਕਿ ਪਹਿਲਾਂ ਤੋਂ ਹੀ ਉਮੀਦ ਆਸ ਕੀਤੀ ਜਾ ਰਹੀ ਸੀ। ਕਾਂਗਰਸ ਨੇ 95 ਵਿੱਚੋਂ 62 ਸੀਟਾਂ 'ਤੇ ਜਿੱਤ ਦਰਜ ਕੀਤੀ, ਅਕਾਲੀ ਦਲ ਅਤੇ BJP ਨੇ 21 ਅਤੇ ਲੋਕ ਇਨਸਾਫ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ 8 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ, ਜਿਨ੍ਹਾਂ ਵਿੱਚੋਂ 7 ਲੋਕ ਇਨਸਾਫ ਪਾਰਟੀ ਅਤੇ ਸਿਰਫ 1 ਆਮ ਆਦਮੀ ਪਾਰਟੀ ਜਿੱਤ ਸਕੀ ਹੈ, ਜਦਕਿ 4 ਸੀਟਾਂ 'ਤੇ ਆਜ਼ਾਦ ਉਮੀਦਵਾਰ ਜਿੱਤੇ ਨੇ। ਇਸ ਤੋਂ ਬਾਅਦ ਚਰਚਾ ਹੁਣ ਇਹ ਸ਼ੁਰੂ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਨਾਲੋਂ ਜ਼ਿਆਦੀਆਂ ਸੀਟਾਂ ਤਾਂ ਆਜ਼ਾਦ ਹੀ ਜਿੱਤ ਗਏ ਨੇ, ਆਮ ਆਦਮੀ ਪਾਰਟੀ 1 ਅਤੇ ਆਜ਼ਾਦ 4 ਕੌਂਸਲਰ ਜਿੱਤੇ ਨੇ। ਉਸ ਤੋਂ ਬਾਅਦ ਇਹ ਸਵਾਲ ਖੜੇ ਹੋਏ ਸਨ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਬਿਲਕੁਲ ਖਤਮ ਹੋ ਚੁੱਕੀ ਹੈ, ਪਰ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਇਹਨਾਂ ਚੋਣਾਂ ਦੇ ਵਿੱਚ ਗੁੰਡਾਗਰਦੀ ਹੋਈ ਹੈ, ਜਿਵੇਂ ਕਿ ਭਗਵੰਤ ਮਾਨ ਨੇ ਕਿਹਾ ਹੈ ਕਿ ਅਜਿਹੀ ਗੁੰਡਾਗਰਦੀ ਦੇ ਵਿੱਚ ਤਾਂ ਸਾਡੀ 1 ਵੀ ਸੀਟ ਆਉਣੀ ਨਹੀਂ ਬਣਦੀ ਸੀ, ਚਲੋ ਫਿਰ ਵੀ ਸਾਡੀ ਸੀਟ ਆ ਗਈ ਹੈ। ਵਿਰੋਧੀਆਂ ਨੂੰ ਵੀ ਕਈ ਸੀਟਾਂ ਮਿਲ ਚੁੱਕੀਆਂ ਨੇ, ਇਹ ਵੀ ਹੈਰਾਨੀ ਦੀ ਗੱਲ ਹੈ। ਦੂਜੇ ਪਾਸੇ ਸਿਮਰਜੀਤ ਸਿੰਘ ਬੈਂਸ ਵੀ ਇਹਨਾਂ ਚੋਣਾਂ ਦੇ ਨਤੀਜਿਆਂ ਤੋਂ ਕਾਫੀ ਆਹਤ, ਕਾਫੀ ਦੁਖੀ ਦਿਖਾਈ ਦੇ ਰਹੇ ਨੇ। ਕਾਫੀ ਦੇਰ ਤੱਕ ਉਹਨਾਂ ਨੇ ਇਸ 'ਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ।
ਸੀ ਪਰ ਬਾਅਦ ਵਿੱਚ ਉਹ ਫੇਸਬੁੱਕ 'ਤੇ ਲਾਈਵ ਹੋਏ ਅਤੇ ਆਪਣੀਆਂ ਭਾਵਨਾਵਾਂ ਲੋਕਾਂ ਦੇ ਸਾਹਮਣੇ ਰੱਖੀਆਂ। ਇਸ ਤੋਂ ਬਾਅਦ ਕਾਂਗਰਸ ਕਾਫੀ ਕੌਨਫੀਡੈਂਸ ਦੇ ਵਿੱਚ ਦਿਖਾਈ ਦੇ ਰਹੀ ਹੈ। ਪਹਿਲਾਂ ਵਿਧਾਨ ਸਭਾ ਚੋਣਾਂ ਜਿੱਤੀਆਂ, ਉਸ ਤੋਂ ਬਾਅਦ ਗੁਰਦਾਸਪੁਰ ਬਾਈਪੋਲ ਜਿੱਤੀ, ਉਸ ਤੋਂ ਬਾਅਦ ਜਲੰਧਰ ਪਟਿਆਲਾ ਅਤੇ ਅੰਮ੍ਰਿਤਸਰ ਦੀਆਂ ਨਗਰ ਨਿਗਮ ਚੋਣਾਂ ਅਤੇ ਹੁਣ ਲੁਧਿਆਣਾ ਨਗਰ ਨਿਗਮ ਚੋਣਾਂ ਤੋਂ ਜਿੱਤਣ ਤੋਂ ਬਾਅਦ ਕਾਂਗਰਸ ਨੂੰ ਲੱਗ ਰਿਹਾ ਕਿ ਉਹ ਪੰਜਾਬ ਦੇ ਵਿੱਚ ਅਜੇਤੂ ਪਾਰਟੀ ਬਣ ਗਈ ਹੈ। ਪਰ ਹੁਣ ਅਸੀਂ ਤੁਹਾਡੇ ਤੋਂ ਪੰਜਾਬ ਦੇ ਲੋਕਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਜਿਵੇਂ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਇਹਨਾਂ ਨਗਰ ਨਿਗਮ ਚੋਣਾਂ ਦਾ ਨਤੀਜਾ ਵੋਟਰਾਂ ਦਾ ਫੈਸਲਾ ਨਹੀਂ ਸਗੋਂ ਗੁੰਡਾਗਰਦੀ ਦਾ ਫੈਸਲਾ, ਕੀ ਇਹ ਬਿਆਨ ਸਹੀ ਹੈ? ਬਿਲਕੁਲ ਇਸੇ ਤਰ੍ਹਾਂ ਇਹਨਾਂ ਚੋਣਾਂ ਦੇ ਵਿੱਚ ਹੋਇਆ। ਤੁਹਾਡੀ ਇਸ ਬਾਰੇ ਕੀ ਰਾਏ, ਇਸ ਵੀਡੀਓ 'ਤੇ ਕਮੈਂਟ ਕਰਕੇ ਤੁਸੀਂ ਆਪਣੀ ਰਾਏ ਖੁੱਲ੍ਹ ਕੇ ਬੇਬਾਕ ਹੋ ਕੇ ਦੇ ਸਕਦੇ ਹੋ। ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਦੇ ਨਾਲ ਦੇਖਣ ਲਈ ਯੂਟਿਊਬ 'ਤੇ ਦ ਪੰਜਾਬ ਟੀਵੀ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਜੇਕਰ ਤੁਸੀਂ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ। ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਫੇਸਬੁੱਕ 'ਤੇ ਸਾਡਾ ਦ ਪੰਜਾਬ ਟੀਵੀ ਨਾਂ ਦਾ ਪੇਜ ਵੀ ਹੈ, ਉਸ ਪੇਜ ਨੂੰ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਦ ਪੰਜਾਬ ਟੀਵੀ, ਹਰ ਖਬਰ ਦਾ ਸੱਚ।